ਦਿਨੋ ਦਿਨ ਗਰਮੀ ਦਾ ਪਾਰਾ ਜਿਹੜਾ ਹੈ ਲਗਾਤਾਰ ਵੱਧ ਰਿਹਾ ਹੈ, ਇਸ ਨੂੰ ਲੈ ਕੇ ਪੌਦੇ ਲਗਾਉਣੇ ਬਹੁਤ ਜ਼ਰੂਰੀ ਹੋ ਗਏ ਨੇ। ਉੱਥੇ ਹੀ ਜੈਤੋ ਡਿਜੀਟਲ ਮੀਡੀਆ ਪ੍ਰੈਸ ਕਲੱਬ ਦੇ ਵੱਲੋਂ ਵਣ ਮਹਾਉਤਸਵ ਮਨਾਇਆ ਗਿਆ ਹੈ ਅਤੇ ਪੌਦੇ ਲਗਾਏ ਗਏ। ਪ੍ਰੈਸ ਕਲੱਬ ਦੇ ਪ੍ਰਧਾਨ ਅਤੇ ਮੈਂਬਰਾਂ ਨੇ ਕਿਹਾ ਕਿ ਅੱਜ ਕੱਲ੍ਹ ਪ੍ਰਦੂਸ਼ਣ ਜਾਨਲੇਵਾ ਹੁੰਦਾ ਜਾ ਰਿਹਾ ਅਤੇ ਰੁੱਖਾਂ ਲਗਾਉਣਾ ਸਾਡੇ ਜੀਵਨ ਦਾ ਅਣਖਿੜਵਾ ਅੰਗ ਹੈ। ਉਹਨਾਂ ਬਿਊਟੀਆਂ ਦੀ ਮਦਦ ਦੇ ਨਾਲ ਅਸੀਂ ਸਿਹਤਮੰਦ ਵਾਤਾਵਰਣ ਦੇ ਵਿੱਚ ਸਾਹ ਲੈ ਸਕਦੇ ਹਾਂ। ਸਾਰਿਆਂ ਨੂੰ ਰੁੱਖ ਲਗਾਉਣ ਦੀ ਅਪੀਲ ਕੀਤੀ ਗਈ ਹੈ। ਅਸੀਂ ਲੋਕਾਂ ਨੂੰ ਇਹੀ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦੇ, ਚਾਹੇ ਇੱਕ ਇੱਕ ਹੀ ਲਾਓ, ਇੱਕ ਇੱਕ ਪੌਦਾ ਲਾਉਣ ਨਾਲ ਵੀ ਜਿਹੜਾ ਉਹ ਫਰਕ ਪੈਂਦਾ, ਕਿਉਂਕਿ ਜੇ ਪੱਟਣ ਜੇ ਅਸੀਂ ਪੱਟ ਤਾਂ ਹਰ ਰੋਜ਼ ਰਹੇ ਹਾਂ, ਪਰ ਜੇ ਅਸੀਂ ਲਾਉਣ ਦੀ ਸ਼ੁਰੂਆਤ ਕਰਾਂਗੇ, ਪੌਦੇ ਲਾਵਾਂਗੇ, ਇਹਨਾਂ ਦਾ ਧਿਆਨ ਰੱਖਾਂਗੇ। ਅਸੀਂ ਜਿਹੜਾ ਪੌਦਾ ਲਾਇਆ ਅਸੀਂ ਇਕੱਲਾ ਲਾ ਕੇ ਨਹੀਂ ਛੱਡਿਆ, ਇਹ ਸਾਡੇ ਇੱਕ ਮੈਂਬਰ ਹੀ ਨੇ, ਸਾਡੇ ਸੈਕਟਰੀ ਨੇ ਉਹਨਾਂ ਦੇ ਘਰ ਅੱਗੇ ਲਗਾਇਆ ਤਾਂ ਕਿ ਦੇਖਭਾਲ ਵੀ ਹੋ ਸਕੇ। ਇਕੱਲਾ ਲਗਾ ਕੇ ਛੱਡ ਦਈਏ ਉਹਦਾ ਕੋਈ ਫਾਇਦਾ ਨਹੀਂ, ਪੌਦਾ ਲਗਾਈਏ ਵੀ, ਪਾਲੀਏ ਵੀ, ਇਹ ਵਾਤਾਵਰਨ ਸਭ ਦਾ ਸਾਂਝਾ ਹੈ। ਜੇਕਰ ਅੱਜ ਅਸੀਂ ਦੇਖਦੇ ਹਾਂ ਕਿ ਇੰਨੀ ਗਰਮੀ ਹੋਈ ਹੈ, ਉਹਦਾ ਕਾਰਨ ਵੀ ਇਹੀ ਹੈ ਕਿ ਦਰੱਖਤਾਂ ਦੀ ਘਾਟ ਹੈ। ਦਰੱਖਤਾਂ ਅਸੀਂ ਪੱਟ ਜ਼ਰੂਰ ਰਹੇ ਹਾਂ, ਲਗਾ ਨਹੀਂ ਰਹੇ, ਅਤੇ ਜੇਕਰ ਅਸੀਂ ਚਾਹੁੰਦੇ ਹਾਂ ਕਿ ਚੰਗਾ ਵਾਤਾਵਰਨ ਹੋਵੇ, ਜਿਹੜੀਆਂ ਮੀਂਹ ਵੀ ਪੈਣ, ਸਾਨੂੰ ਚੰਗੀ ਆਕਸੀਜਨ ਵੀ ਮਿਲੇ। ਸੋਸ਼ਲ ਮੀਡੀਆ ਪ੍ਰੈਸ ਕਲੱਬ ਨੇ ਜਿਹੜੇ ਪਿੰਡ ਜੈਤੋ ਦਾ, ਉਹਨਾਂ ਵੱਲੋਂ ਇੱਕ ਪੌਦਾ ਲਗਾਇਆ ਗਿਆ ਜੀ, ਅਤੇ ਸਹਿਯੋਗ ਸਾਡੇ ਕਲੱਬ ਉੱਦਮ ਕਲੱਬ ਅਤੇ ਬਲਿਹਾਰ ਫਾਊਂਡੇਸ਼ਨ ਵੱਲੋਂ ਅਸੀਂ ਸਹਿਯੋਗ ਕਰਦੇ ਹਾਂ, ਕਿਉਂਕਿ ਸਾਡੀਆਂ ਜਿਹੜੀਆਂ ਦੋਨੇ ਸੰਸਥਾਵਾਂ ਜੀ, ਉੱਦਮ ਕਲੱਬ ਬਲਿਹਾਰ ਫਾਊਂਡੇਸ਼ਨ ਵਾਲੇ, ਅਸੀਂ ਸ਼ੁਰੂ ਤੋਂ ਹੀ ਬਹੁਤ ਪੌਦੇ ਲਗਾ ਰਹੇ ਹਾਂ। ਇਹਨਾਂ ਨੇ ਸਾਨੂੰ ਅੱਜ ਕੌਲ ਆਈ ਜੀ, ਕਹਿੰਦੇ ਪੌਦਾ ਲਗਾਉਣਾ ਜੀ, ਪਰ ਇਹਨਾਂ ਨੇ ਇੱਕ ਵਧੀਆ ਗੱਲ ਕੀਤੀ ਜੀ, ਇਹਨਾਂ ਦੀ ਜਿਹੜੀ ਕਲੱਬ ਦੀ ਸੋਚ ਆ, ਇਹ ਕਹਿੰਦੇ ਅਸੀਂ ਪੌਦਾ ਵੀ ਜ਼ਿਆਦਾਤਰ ਆਪਣੇ ਮੈਂਬਰਾਂ ਦੇ ਗੇਟ ਅੱਗੇ ਲਗਾਉਣਾ ਤਾਂ ਕਿ ਮੈਂਬਰ ਆਪਣੀ ਜ਼ਿੰਮੇਵਾਰੀ ਸਮਝਣ। ਅਤੇ ਅੱਜ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਪਹਿਲੇ ਪੌਦੇ ਤੋਂ, ਜਾਣੀ ਕਿ ਅਵਤਾਰ ਸਿੰਘ ਤਾਰਾ ਜੀ ਜਿਹੜੇ ਪ੍ਰੈਸ ਕਲੱਬ ਦੇ ਮੈਂਬਰ, ਇਹਨਾਂ ਦੇ ਗੇਟ ਅੱਗੇ ਇੱਕ ਪੌਦਾ ਲਗਾਇਆ। ਹੁਣ ਇਹ ਕਹਿੰਦੇ ਅੱਗੇ ਤੋਂ ਅਸੀਂ ਇਹੀ ਪਰੰਪਰਾ ਨੂੰ ਜਾਰੀ ਰੱਖਾਂਗੇ ਜੀ, ਅਤੇ ਸਰ ਸਾਡੀ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਹੈ ਜੀ, ਖਾਸ ਕਰਕੇ ਸਾਰੇ ਭਾਰਤ ਵਾਸੀਆਂ ਨੂੰ ਅਪੀਲ ਹੈ ਸਾਡੀ ਜੀ, ਕਿਉਂਕਿ ਪੌਦੇ ਜਿੰਨੇ ਵੀ ਹੋ ਸਕਦੇ ਜਿੱਥੇ ਵੀ ਜਗ੍ਹਾ ਮਿਲਦੀ ਜੀ, ਜੇ ਸਾਡੇ ਕੋਲ ਦਸਾਂ ਦੀ ਜਗ੍ਹਾ ਨਹੀਂ, ਦੋਵਾਂ ਦੀ ਹੈ, ਇੱਕ ਦੀ ਹੈ, ਜਿੱਥੇ ਮਿਲਦਾ ਲਾਓ। ਸਾਡੇ ਕੋਲ ਆਪਦੇ ਕੋਲ ਨਹੀਂ ਇੱਕ ਦੀ ਜਗ੍ਹਾ, ਅਸੀਂ ਕਿਸੇ ਨੂੰ ਪ੍ਰੇਰਿਤ ਜ਼ਰੂਰ ਕਰੀਏ ਜੀ ਪੌਦੇ ਲਗਾਉਣ ਲਈ, ਤਾਂ ਕਿ ਗੁਰੂ ਸਾਹਿਬ ਤੁਹਾਨੂੰ ਪਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਬਹੁਤ ਮਾੜੇ ਹੋ ਰਹੇ ਆ, ਪਾਣੀ ਦੀ ਕਮੀ ਹੋ ਰਹੀ ਹੈ ਜੀ, ਵਾਤਾਵਰਨ ਦੇ ਵਿੱਚ ਜ਼ਹਿਰ ਫੈਲ ਚੁੱਕਿਆ ਜੀ, ਪੌਦੇ ਲਗਾਉਣੇ ਸਾਨੂੰ ਬਹੁਤ ਜ਼ਰੂਰੀ ਹੈ ਜੀ। ਦੇਖੋ ਵੀਪਨ ਜੀ, ਜਿਵੇਂ ਆਪਾਂ ਦੇਖ ਰਹੇ ਹੈਗੇ ਦਿਨੋਂ ਦਿਨ ਗਰਮੀ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈਗੀ ਆ, ਔਰ ਆਪਣਾ ਵੀ ਇੱਕ ਫਰਜ਼ ਬਣਦਾ ਹੈਗਾ ਇੱਕ ਸਮਾਜ ਦੇ ਰੂਪ ਦੇ ਵਿੱਚ ਵੀ ਅਸੀਂ ਵੀ ਇੱਕ ਅੱਛਾ ਕਰੀਏ, ਐਸੇ ਕਰਕੇ ਸਾਡੇ ਡਿਜੀਟਲ ਮੀਡੀਆ ਪ੍ਰੈਸ ਕਲੱਬ ਜੈਤੋ ਦੇ ਵੱਲੋਂ ਇਹ ਨਿਰਣਾ ਲਿੱਤਾ ਗਿਆ ਵੀ ਅੱਜ ਤੋਂ ਅਸੀਂ ਸ਼ੁਰੂਆਤ ਕਰਾਂਗੇ ਪੌਦੇ ਲਾਉਣ ਦੀ, ਔਰ ਪਹਿਲਾ ਪੌਦਾ ਜਿਹੜਾ ਹੈਗਾ ਸਾਡੇ ਜੋ ਇਸ ਕਲੱਬ ਦੇ ਸੈਕਟਰੀ ਹੈਗੇ ਅਵਤਾਰ ਸਿੰਘ ਜੀ ਤਾਰਾ, ਉਹਨਾਂ ਦੇ ਘਰ ਦੇ ਅੱਗੇ ਲਾਇਆ ਗਿਆ ਤਾਂ ਕਿ ਇਹਦੀ ਸੰਭਾਲ ਵੀ ਹੋ ਸਕੇ, ਔਰ ਪਸ਼ੂਆਂ ਤੋਂ ਬਚਾਉਣ ਦੇ ਵਾਸਤੇ ਦੇ ਨਾਲ ਆਪਾਂ ਟ੍ਰੀ ਗਾਰਡ ਵੀ ਲਾ ਰਹੇ ਹੈਗੇ ਹਾਂ। ਆਪਣਾ ਵੀ ਇੱਕ ਫਰਜ਼ ਬਣਦਾ ਹੈਗਾ ਵੀ ਆਪਾਂ ਸਾਰੇ ਰਲ ਕੇ ਜਿੰਨੇ ਵੀ ਜੱਤ ਦੇ ਵਸਨੀਕ ਹੈਗੇ ਹਾਂ ਇੱਕ ਇੱਕ ਪੌਦਾ ਜ਼ਰੂਰ ਲਾਈਏ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਇਹ ਅਪੀਲ ਕਰਨੀ ਚਾਹੂੰਗਾ ਜੱਤ ਦੇ ਲੋਕਾਂ ਨੂੰ ਵੀ ਆਪਦਾ ਫਰਜ਼ ਸਮਝਦੇ ਹੋਏ ਤੁਸੀਂ ਇੱਕ ਇੱਕ ਜੀ, ਜਿਹੜਾ ਸਾਡੇ ਡਿਜੀਟਲ ਮੀਡੀਆ ਕਲੱਬ ਵੱਲੋਂ ਜਿਹੜਾ ਜੈਤੋ ਵੱਲੋਂ ਜਿਹੜਾ ਅੱਜ ਉਪਰਾਲਾ ਕੀਤਾ ਗਿਆ ਬਹੁਤ ਵਧੀਆ ਕੀਤਾ ਗਿਆ ਜੀ। ਜਿਵੇਂ ਤੁਹਾਨੂੰ ਪਤਾ ਹੈ ਕਿ ਵਣ ਉਤਸਵ ਦਾ ਜਿਹੜਾ ਹੈਗਾ ਸਮਾਂ ਚੱਲ ਰਿਹਾ ਅਤੇ ਜੁਲਾਈ ਦੇ ਮਹੀਨੇ ਜਿਹੜਾ ਹੈਗਾ ਇਹ ਪੌਦੇ ਲਾਏ ਜਾਂਦੇ ਆ ਤਾਂ ਕਿ ਜਿਹੜੇ ਹੈਗੇ ਛੇਤੀ ਚੱਲ ਪੈਂਦੇ ਆ, ਅਤੇ ਅਸੀਂ ਸਾਰੇ ਜਣੇ ਇੱਕ ਮੈਸੇਜ ਸਾਰੀ ਦੁਨੀਆ ਨੂੰ ਦੇਣਾ ਚਾਹੁੰਦੇ ਕਿ ਪੌਦਾ ਲਗਾਉਣਾ ਕੋਈ ਮਾੜੀ ਗੱਲ ਨਹੀਂ ਹੈਗੀ, ਕਹਿੰਦੇ ਇੱਕ ਰੁੱਖ ਸੌ ਸੁੱਖ, ਇਹਦੇ ਨਾਲ ਅਨੇਕਾਂ ਬਿਮਾਰੀਆਂ ਦੂਰ ਹੁੰਦੀਆਂ ਜੀ। ਬਾਕੀ ਆਪਾਂ ਨੂੰ ਜਿਹੜੀ ਆਕਸੀਜਨ ਦੀ ਲੋੜ ਹੁੰਦੀ ਹੈ 24 ਘੰਟੇ, ਇਹ ਹਮੇਸ਼ਾ ਜਿਹੜੀ ਹੈਗੀ ਆ ਆਪਾਂ ਨੂੰ ਇਹਨਾਂ ਦਰੱਖਤਾਂ ਤੋਂ ਹੀ ਮਿਲਦੀ ਹੈ, ਅਤੇ ਵੱਧ ਤੋਂ ਵੱਧ ਦਰੱਖਤ ਲਗਾਓ ਤਾਂ ਕਿ ਜਿਹੜੀ ਆਉਣ ਵਾਲੀ ਨਵੀਂ